ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ। ਅੱਜ ਆਪਾਂ ਬਣਾਵਾਂਗੇ ਹਰੇ ਮਟਰ ਦੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਕਰਾਰੇ ਚਟਪਟੇ ਪਰੌਂਠੇ। ਇਹ ਪਰੌਂਠੇ ਮੈਂ ਕਿਵੇਂ ਬਣਾ ਕੇ ਤਿਆਰ ਕੀਤੇ ਹੈ ਵੀਡੀਓ ਤੁਸੀਂ ਲਾਸਟ ਤੱਕ ਜ਼ਰੂਰ ਦੇਖਣੀ ਹੈ, ਔਰ ਜੇਕਰ ਪਸੰਦ ਆਏ ਲਾਈਕ ਸ਼ੇਅਰ ਜ਼ਰੂਰ ਕਰਿਓ ਔਰ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਪਰੌਂਠੇ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ, ਪਰ ਤੁਸੀਂ ਇੱਕ ਵਾਰ ਮੇਰੇ ਇਸ ਤਰੀਕੇ ਦੇ ਨਾਲ ਇਹ ਹਰੇ ਮਟਰ ਦੇ ਪਰੌਂਠੇ ਬਣਾ ਕੇ ਜ਼ਰੂਰ ਇੱਕ ਵਾਰ ਦੇਖਿਓ। ਬਹੁਤ ਜ਼ਿਆਦਾ ਟੇਸਟੀ ਬਣ ਗਏ ਇਹ ਤਿਆਰ ਹੁੰਦੇ ਹੈ, ਔਰ ਤਰੀਕਾ ਬਿਲਕੁਲ ਡਿਫਰੈਂਟ ਹੈ। ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ। ਸਭ ਤੋਂ ਪਹਿਲਾਂ ਆਪਾਂ ਆਟਾ ਗੁੰਨ ਕੇ ਤਿਆਰ ਕਰ ਲੈਂਦੇ ਹਾਂ, ਅਤੇ ਆਟਾ ਗੁੰਨਣ ਦੇ ਲਈ ਇੱਥੇ ਮੈਂ ਆਟਾ ਲਿਆ ਕਣਕ ਦਾ ਆਟਾ, ਇਹਦੇ ਵਿੱਚ ਅੱਧਾ ਚਮਚ ਨਮਕ ਪਾ ਦਿੱਤਾ, ਔਰ ਇੱਕ ਚਮਚ ਇਹਦੇ ਵਿੱਚ ਮੈਂ ਤੇਲ ਪਾ ਦਿੱਤਾ ਰਿਫਾਇੰਡ ਤੇਲ। ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਣੀਆਂ ਆਟੇ ਦੇ ਵਿੱਚ। ਮਿਕਸ ਕਰਨ ਤੋਂ ਬਾਅਦ ਆਪਾਂ ਪਾਣੀ ਪਾ ਕੇ ਥੋੜ੍ਹਾ ਥੋੜ੍ਹਾ ਇੱਕਦਮ ਸੋਫਟ ਡੋ ਗੁੰਨ ਕੇ ਤਿਆਰ ਕਰਨਾ, ਆਟਾ ਗੁੰਨ ਕੇ ਤਿਆਰ ਕਰਨਾ, ਜਿੱਦਾਂ ਆਪਾਂ ਆਲੂ ਦਾ ਪਰਾਂਠਾ ਬਣਾਉਂਦੇ ਹਾਂ ਨਾ, ਅਤੇ ਉਹਦੇ ਲਈ ਆਟਾ ਗੁੰਨਣੇ ਆ। ਸੇਮ ਉਸੇ ਤਰੀਕੇ ਦੇ ਨਾਲ ਆਟਾ ਗੁੰਨ ਕੇ ਆਪਾਂ ਤਿਆਰ ਕਰਨਾ, ਨਾ ਜ਼ਿਆਦਾ ਸੋਫਟ ਹੋਣਾ ਚਾਹੀਦਾ ਔਰ ਨਾ ਹੀ ਜ਼ਿਆਦਾ ਸਖਤ ਹੋਣਾ ਚਾਹੀਦਾ ਆਟਾ। ਇਸ ਤਰੀਕੇ ਦਾ ਆਟਾ ਜਿਹੜਾ ਗੁੰਨਣਾ ਆਪਾਂ, ਅਤੇ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਹੀ ਆਟਾ ਆਪਾਂ ਗੁੰਨਣਾ, ਅਤੇ ਗੁੰਨ ਲੈਂਦੇ ਆਪਾਂ ਆਟਾ, ਫਿਰ ਦਿਖਾਉਂਦੇ ਹਾਂ ਤੁਹਾਨੂੰ। ਆਟਾ ਇੱਥੇ ਮੈਂ ਗੁੰਨ ਕੇ ਤਿਆਰ ਕਰ ਲਿਆ, ਤੁਸੀਂ ਦੇਖ ਸਕਦੇ ਹੋ ਆਟੇ ਨੂੰ ਮੈਂ ਉਂਗਲੀ ਲਗਾ ਕੇ ਦਿਖਾ ਰਹੀ ਹਾਂ ਕਿੰਨਾ ਸੋਫਟ ਆਟਾ ਜਿਹੜਾ ਗੁੰਨ ਕੇ ਤਿਆਰ ਹੋਇਆ। ਇਹਨੂੰ ਆਪਾਂ ਹੁਣ ਸਾਈਡ 'ਤੇ ਰੱਖ ਦਿੰਦੇ ਹਾਂ ਔਰ ਸਟਫਿੰਗ ਬਣਾ ਕੇ ਇਹਦੀ ਤਿਆਰ ਕਰ ਲੈਂਦੇ ਹਾਂ। ਇਹਨੂੰ ਢੱਕ ਕੇ ਹੀ ਰੱਖਣਾ, ਨਹੀਂ ਤਾਂ ਆਟਾ ਜਿਹੜਾ ਉਹ ਸੁੱਕ ਜਾਂਦਾ, ਅਤੇ ਢੱਕਣਾ ਜ਼ਰੂਰੀ ਹੈ। ਇੱਥੇ ਮੈਂ ਲਏ ਹਰੇ ਮਟਰ, ਮੈਂ 1 ਕਿਲੋ ਹਰੇ ਮਟਰ ਲਏ ਸੀ, ਅਤੇ ਉਹਦੇ ਵਿੱਚੋਂ ਅੱਧਾ ਕਿਲੋ ਹਰੇ ਮਟਰ ਜਿਹੜੇ ਆ ਉਹ ਨਿਕਲੇ ਆ, ਅਤੇ ਇਹ ਮਟਰ ਜਿਹੜੇ ਆ ਇਹ ਮੈਂ ਛਿੱਲ ਕੇ ਤਿਆਰ ਕੀਤੇ ਹੋਏ ਆ। ਹੁਣ ਆਪਾਂ ਇਹ ਮਟਰ ਜਿਹੜੇ ਉਬਾਲਣੇ ਆ। ਉਬਾਲਣ ਵਾਸਤੇ ਮੈਂ ਪਾਣੀ ਗਰਮ ਕਰਨ ਲਈ ਛੱਡ ਦਿੱਤਾ ਸੀ, ਅਤੇ ਪਾਣੀ ਜਿਹੜਾ ਗਰਮ ਹੋ ਗਿਆ ਹਾਲੇ ਉਬਾਲਾ ਨਹੀਂ ਆਇਆ, ਅਤੇ ਇਹਦੇ ਵਿੱਚ ਅੱਧਾ ਚਮਚ ਚੀਨੀ ਦਾ ਪਾ ਦਿੰਦੇ ਹਾਂ। ਚੀਨੀ ਪਾਉਣ ਨਾਲ ਹਰੇ ਮਟਰ ਦਾ ਕਲਰ ਜਿਹੜਾ ਆ ਉਹ ਇੱਕਦਮ ਹਰਾ ਹਰਾ ਰਹਿੰਦਾ, ਡੱਲ ਨਹੀਂ ਹੁੰਦਾ, ਇੱਕਦਮ ਫਿੱਕਾ ਜਿਹਾ ਕਲਰ ਜਿਹੜਾ ਉਹ ਨਹੀਂ ਹੁੰਦਾ ਹਰੇ ਮਟਰ ਦਾ, ਇੱਕਦਮ ਹਰੇ ਹਰੇ ਕਲਰ ਜਿਹੜਾ ਰਹਿੰਦਾ। ਹੁਣ ਇਹਨੂੰ ਆਪਾਂ ਉਬਾਲ ਲੈਂਦੇ ਹਾਂ 4 ਤੋਂ 5 ਮਿੰਟ ਤੱਕ। 4-5 ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਕਲਰ ਕਿੰਨਾ ਵਧੀਆ ਹਰੇ ਮਟਰ ਦਾ, ਸੇਮ ਉਸੇ ਤਰੀਕੇ ਦਾ ਰਿਹਾ ਜਿਹੋ ਜਿਹੇ ਆਪਾਂ ਉਬਾਲੇ ਸੀਗੇ। ਹੁਣ ਆਪਾਂ ਇਹ ਉਬਲ ਚੁੱਕੇ ਹਾਂ, ਗੈਸ ਬੰਦ ਕਰ ਦਿੱਤੀ ਹੈ, ਇਹਨਾਂ ਨੂੰ ਕੱਢ ਕੇ ਠੰਡਾ ਕਰ ਲੈਂਦੇ ਹਾਂ। ਸਾਰੇ ਮਟਰ ਆਪਾਂ ਕੱਢ ਕੇ ਇੱਕ ਪਲੇਟ ਦੇ ਵਿੱਚ ਪਾ ਲੈਣੇ ਆ। ਤੁਸੀਂ ਚਾਹੋ ਤਾਂ ਕੱਚੇ ਹਰੇ ਮਟਰ ਦਾ ਵੀ ਯੂਜ਼ ਕਰ ਸਕਦੇ ਹੋ, ਪਰ ਮੈਂ ਇਹਨਾਂ ਨੂੰ ਉਬਾਲੇ ਇਸ ਕਾਰਨ ਹੈ ਕਿਉਂਕਿ ਕੱਚਾ ਕੱਚਾ ਫਲੇਵਰ ਨਾ ਆਏ ਪਰੌਂਠਿਆਂ ਦੇ ਵਿੱਚ। ਇਸ ਕਾਰਨ ਠੰਡੇ ਕਰਕੇ ਇਹਨੂੰ ਮੈਂ ਗ੍ਰਾਈਂਡਰ ਜਾਰ ਦੇ ਵਿੱਚ ਪਾ ਲਿਆ। ਇਸ ਸਮੇਂ ਤੁਸੀਂ ਚਾਹੋ ਤਾਂ ਇਹਦੇ ਵਿੱਚ ਅਦਰਕ ਅਤੇ ਲਸਣ ਪਾ ਸਕਦੇ ਹੋ, ਹਰੀਆਂ ਮਿਰਚਾਂ ਪਾ ਸਕਦੇ ਹੋ, ਪਰ ਮੈਂ ਅਦਰਕ ਲਸਣ ਜਿਹੜੀਆਂ ਅਤੇ ਹਰੀਆਂ ਮਿਰਚਾਂ ਜਿਹੜੀਆਂ ਉਹਨਾਂ ਨੂੰ ਅਲੱਗ ਮੈਂ ਦਰਦਰਾ ਪੀਸ ਕੇ ਤਿਆਰ ਕੀਤਾ ਹੋਇਆ, ਅਤੇ ਮੈਂ ਨਹੀਂ ਪਾ ਰਹੀ। ਹੁਣ ਆਪਾਂ ਇਹ ਸਾਰਾ ਜਿਹੜਾ ਮਿਕਸਰ ਹੈ ਇਹਨੂੰ ਆਪਾਂ ਪਾ ਲੈਂਦੇ ਹਾਂ ਪਲੇਟ ਦੇ ਵਿੱਚ। ਮੈਂ ਥਾਲੀ ਦੇ ਵਿੱਚ ਇਹ ਟ੍ਰਾਂਸਫਰ ਕਰ ਰਹੀ ਹਾਂ, ਇੱਕਦਮ ਦਰਦਰਾ ਪੀਸ ਕੇ ਆਪਾਂ ਤਿਆਰ ਕੀਤਾ, ਪੇਸਟ ਇਹਦਾ ਨਹੀਂ ਬਣਾਉਣਾ, ਦਰਦਰਾ ਜਿਹਾ ਹੀ ਇਹਨੂੰ ਪੀਸਣਾ। ਜੇਕਰ ਮੋਟੇ ਮੋਟੇ ਟੁਕੜੇ ਮਟਰ 'ਤੇ ਰਹਿ ਵੀ ਜਾਂਦੇ ਆ ਤਾਂ ਵੀ ਕੋਈ ਗੱਲ ਨਹੀਂ, ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਇਹ ਲੱਗਦੇ ਆ। ਜਿਸ ਤਰੀਕੇ ਦੇ ਨਾਲ ਮੈਂ ਇਹ ਹਰੇ ਮਟਰ ਬਣਾ ਰਹੀ ਹਾਂ ਪਰੌਂਠੇ, ਤੁਸੀਂ ਵੀ ਉਸੇ ਤਰੀਕੇ ਦੇ ਨਾਲ ਇਹ ਬਣਾਉਣੇ ਆ। 1 ਚਮਚ ਹਰੀ ਮਿਰਚ ਦਾ ਪੇਸਟ ਪਾ ਦਿੱਤਾ ਦਰਦਰਾ ਪੀਸਿਆ ਹੋਇਆ, ਇੱਥੇ ਮੈਂ ਹਰਾ ਲਸਣ ਜਿਹੜਾ ਹੁੰਦਾ ਉਹਦੇ ਪੱਤੇ ਹੁੰਦੇ ਆ ਉਹ ਪਾ ਰਹੀ ਹਾਂ, ਔਰ ਅਦਰਕ ਮੈਂ ਗ੍ਰੇਟ ਕੀਤਾ ਹੋਇਆ ਪਾਇਆ, ਔਰ ਹਰਾ ਧਨੀਆ ਪਾ ਦਿੱਤਾ ਇਹਦੇ ਵਿੱਚ। ਅਦਰਕ ਲਸਣ ਹਰੀ ਮਿਰਚ ਤੁਸੀਂ ਇਹਦੇ ਨਾਲ ਹੀ ਪੀਸ ਸਕਦੇ ਸੀ, ਪਰ ਮੈਂ ਅਲੱਗ ਪਾਈ ਹੈ। ਅਤੇ ਇੱਥੇ ਕਸਤੂਰੀ ਮੇਥੀ ਪਾਈ ਹੈ ਮੈਂ 1 ਚਮਚ, ਅੱਧਾ ਚਮਚ ਧਨੀਆ ਪਾਊਡਰ, ਅੱਧਾ ਚਮਚ ਜੀਰਾ ਪਾਊਡਰ, 1/4 ਚਮਚ ਮੈਂ ਪਾ ਰਹੀ ਹਾਂ ਇੱਥੇ ਅਮਚੂਰ ਪਾਊਡਰ, 1 ਚਮਚ ਨਾਲੋਂ ਥੋੜ੍ਹਾ ਜਿਹਾ ਘੱਟ, ਅੱਧਾ ਚਮਚ ਮੈਂ ਇੱਥੇ ਨਮਕ ਪਾ ਰਹੀ ਹਾਂ, ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾਉਣਾ ਹੈ। ਇੱਥੇ ਮੈਂ ਪਾ ਰਹੀ ਹਾਂ ਇਹਦੇ ਵਿੱਚ ਗਰਮ ਮਸਾਲਾ 1/2 ਚਮਚ, ਔਰ ਇੱਥੇ ਕਸ਼ਮੀਰੀ ਲਾਲ ਮਿਰਚ ਪਾਊਡਰ ਪਾ ਦਿੱਤਾ ਮੈਂ 1/2 ਚਮਚ। ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਂਦੇ ਹਾਂ ਮਟਰਾਂ ਦੇ ਵਿੱਚ। ਇਹ ਸਟਫਿੰਗ ਸਾਡੀ ਬਣ ਕੇ ਤਿਆਰ ਹੈ, ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਲਾਜਵਾਬ ਅਤੇ ਚਟਪਟੀ ਸਟਫਿੰਗ ਬਣ ਕੇ ਤਿਆਰ ਹੋਈ ਹੈ। ਹੁਣ ਪਰੌਂਠੇ ਬਣਾ ਲੈਂਦੇ ਹਾਂ। ਪਰੌਂਠੇ ਬਣਾਉਣ ਦੇ ਲਈ ਜਿੱਦਾਂ ਆਪਾਂ ਆਲੂ ਦਾ ਪਰਾਂਠਾ ਬਣਾਉਂਦੇ ਹਾਂ ਅਤੇ ਪੇੜਾ ਲੈਂਦੇ ਹਾਂ, ਬਸ ਉਨਾ ਹੀ ਪੇੜਾ ਆਪਾਂ ਇਹਦਾ ਵੀ ਲੈਣਾ। ਨੋਰਮਲ ਰੋਟੀ ਨਾਲੋਂ ਥੋੜ੍ਹਾ ਵੱਡਾ ਪੇੜਾ ਆਪਾਂ ਲੈਣਾ ਇਹਦਾ। ਸੁੱਕਾ ਆਟਾ ਲਗਾ ਕੇ ਇਹਦੀ ਚਕਲੀ ਬਣਾ ਕੇ ਤਿਆਰ ਕਰ ਲੈਂਦੇ ਹਾਂ। ਮੇਰੀ ਰੈਸਪੀਜ਼ ਤੁਹਾਨੂੰ ਕਿਵੇਂ ਲੱਗਦੀ ਹੈ, ਮੇਰੀ ਵੀਡੀਓਜ਼ ਤੁਹਾਨੂੰ ਕਿਵੇਂ ਲੱਗਦੀ ਹੈ, ਪਲੀਜ਼ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ। ਤੁਹਾਡੇ ਕਮੈਂਟ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦੇ ਹੈ। ਹੁਣ ਇੱਥੇ 1 ਚਮਚ ਭਰ ਕੇ ਵੱਡੇ ਵਾਲਾ ਮੈਂ ਸਟਫਿੰਗ ਜਿਹੜੀ ਹੈ ਚਕਲੀ ਦੇ ਵਿੱਚ ਭਰ ਦਿੱਤੀ ਹੈ, ਅਤੇ ਹੁਣ ਆਪਾਂ ਸੇਮ ਉਸੇ ਤਰੀਕੇ ਦੇ ਨਾਲ ਇਹਨੂੰ ਬੰਦ ਕਰ ਦੇਣਾ ਜਿੱਦਾਂ ਆਪਾਂ ਆਲੂ ਦਾ ਪਰਾਂਠਾ ਬੰਦ ਕਰਨੇ ਆ। ਸੁੱਕਾ ਆਟਾ ਲਗਾ ਕੇ ਇਹਨੂੰ ਵੇਲ ਲੈਣਾ।
परांठा तुसी मोटा पतला जां बड़ा छोटा अपने हिसाब नाल जिहड़ा है वो तुसी बना के तैयार करना है। तुसी देख सकते हो परांठा मैं बेल के तैयार कर लिया, ना ज़्यादा मोटा तो ना ही ज़्यादा पतला, ये परांठा बन के तैयार होया। नॉर्मल साइज़ का परांठा है मैं बना के तैयार किया है, और छोटा वड्डा भी अपने हिसाब नाल मैं बनाया। इधर तवा गर्म करने रख दिता सी, ते तवे उत्ते परांठा पा देने और इन्हू उल्टांदे पुलटांदे आपां सेकना। एक मिनट पहला एक साइड सेक के फिर आपां दूसरी साइड इन्हू उल्टा देना। मैं इत्थे रिफाइंड तेल का यूज़ कर रही हूँ, तुसी घ्यो बटर जो भी तुहाडा दिल करदा तुसी उही इहदे उत्ते लगा सकते हो। एक साइड मैं रिफाइंड तेल लगाता है, इन्हू आपां उल्टा लैना, तो दूसरी साइड भी रिफाइंड तेल लगा के इन्हू आपां फ्राई कर लेना चंगी तरह के नाल। ये परौंठे दही दे नाल, कैचअप दे नाल, अचार दे नाल, जिहदे नाल भी तुहाडा दिल करदा तुसी इंजॉय कर सकते हो। बहुत ज़्यादा लाजवाब ये परौंठे बन के तैयार होंदे आ। बस उल्टांदे पुलटांदे आपां ये परांठा जिहड़ा है फ्राई कर लेना है। मैं होर भी परांठिया की रैसिपी तुहाडे नाल काफ़ी शेयर की हुई है, उहदा लिंक तुहानू डिस्क्रिप्शन बॉक्स दे विच मिल जाएगा। तुसी देख सकते हो मैं किवें परौंठे बना के तैयार करनी है अपने घर दे विच। ये परांठा जिहड़ा बन के तैयार है, बस इन्हू आपां उतार लैंदे आ और इदां ही सारे परांठे बना के तैयार कर लैंदे आ। कोई इहदे विच मुश्किल नहीं है, बहुत आसान अते सिंपल तरीका है परौंठे बनाउण दा। सारे परौंठे बना के मैं तैयार कर लिया, तुसी देख सकते हो। एक परांठा मैं तुहानू तोड़ के दिखानी हाँ, इहदे अंदर दी स्टफिंग जिहड़ी है किन्नी वधिया बन के तैयार होई है और किन्नी वधिया लग रही है। तुसी देख सकते हो खुद ही किन्ने वधिया परांठा बन के तैयार होया। इन्हू मैं टमैटो कैचअप के नाल और घर के बने अचार के नाल इन्हू सर्व किया। गाजर मूली और शलगम का अचार इहदी रैसिपी तुहाडे नाल मैं शेयर की हुई है, और कैचअप की रैसिपी भी शेयर की हुई है जिहदा लिंक तुहानू डिस्क्रिप्शन बॉक्स के मिलेगा। तुसी उस तरीके दे नाल अचार बना के देखियो, बहुत वधिया बन के तैयार हुंदा और कैचअप भी बहुत वधिया बन के तैयार हुंदा घर दे विच। और रैसिपी किवें लगी जरूर दस्सियो। अद्धा दी नवीं रैसिपी लैके फिर आवांगे, उदों तक दे लई सति श्री अकाल।